ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬੀ ਖਬਰਾਂ ਦੇ ਤਾਜ਼ਾ ਬੁਲੇਟਨ ਦੇ ਵਿੱਚ ਮੈਂ ਹਰਪ੍ਰੀਤ ਸਿੰਘ ਮਠਾੜੂ ਤੁਹਾਡਾ ਸਵਾਗਤ ਕਰਦਾ ਹਾਂ ਪੰਜਾਬ ਦੀਆਂ ਤਾਜ਼ਾ ਤਰੀਨ ਖਬਰਾਂ ਤੁਹਾਡੇ ਰੂਬਰੂ ਕਰਾਂਗੇ ਸੋ ਵੀਡੀਓ ਦੇ ਵਿੱਚ ਅੰਤ ਤੱਕ ਜਰੂਰ ਬਨੇ ਰਹਿਣਾ ਜਿਨ੍ਹਾਂ ਵੀਰਾਂ ਭੈਣਾਂ ਨੇ ਹਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤਾਂ ਕਿ ਖਬਰਾਂ ਦਾ ਤਾਜ਼ਾ ਬੁਲੇਟਨ ਤੁਹਾਨੂੰ ਸਮੇਂ ਸਿਰ ਮਿਲਦਾ ਰਹੇ ਕੈਪਟਨ ਤੇ ਸੁਖਜਿੰਦਰ ਰੰਧਾਵਾ ਦੀਆਂ ਮੁਸ਼ਕਲਾਂ ਵਧੀਆਂ ਸੀ ਐਮ ਮਾਨ ਦਾ ਵੱਡਾ ਬਿਆਨ ਆਇਆ ਸਾਹਮਣੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਾਬਕਾ ਜੇਲ੍ਹ ਮੰਤਰੀ ਸੁਜੀਂਦਰ ਸਿੰਘ ਰੰਦਾਵਾ ਦੀਆਂ ਮੁਸ਼ਕਲਾਂ ਬ�ਦ ਸਕਦੀਆਂ ਹਨ ਮੁੱਖ ਮੰਤਰੀ ਭਗਵੰਤ ਮਾਨ ਦਾ ਇਸ ਸੰਬੰਧੀ ਵੱਡਾ ਬਿਆਨ ਸਾਹਮਣੇ ਆਇਆ ਉਹਨਾਂ ਨੇ ਇਸ ਸਬੰਧੀ ਟਵੀਟ ਕਰਕੇ ਆਖਿਆ ਕਿ ਯੂਕੇ ਦੇ ਗੈਂਗਸਟਰ ਅंसारी ਨੂੰ ਆਪਣੀ ਦੋਸਤੀ ਨਿਭਾਉਣ ਲਈ ਪੰਜਾਬ ਦੀ ਜੇਲ੍ਹ ਵਿੱਚ ਰੱਖਣ ਅਤੇ ਉਸਦਾ ਕੇਸ ਸੁਪਰੀਮ ਕੋਰਟ ਦੇ ਵਿੱਚ ਲੜਨ ਦੀ ਫੀਸ 55 ਲੱਖ ਪੰਜਾਬ ਦੇ ਖਜ਼ਾਨੇ ਵਿੱਚੋਂ ਨਹੀਂ ਦਿੱਤੇ ਜਾਣਗੇ ਉਸ ਵੇਲੇ ਤੇ ਗ੍ਰਹਿ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਦਾਵਾ ਤੋਂ ਹੀ ਪੈਸਾ ਵਸੂਲਿਆ ਜਾਵੇਗਾ ਪੈਸਾ ਨਾ ਦੇਣ ਦੀ ਸੂਰਤ ਵਿੱਚ ਉਹਨਾਂ ਦੀ ਪੈਨਸ਼ਨ ਅਤੇ ਹੋਰ ਸਰਕਾਰੀ ਸਹੂਲਤਾਂ ਰੱਦ ਕੀਤੀਆਂ ਜਾਣਗੀਆਂ ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਸੀਐਮ ਭਗਵੰਤ ਮਾਨ ਨੇ ਆਖਿਆ ਸੀ ਕਿ ਯੂਪੀ ਦੇ ਅਪਰਾਧੀ ਨੂੰ ਵੀਆਈਪੀ ਸਹੂਲਤਾਂ ਵਾਲੀ ਰੂਪੜ ਜੇਲ੍ਹ ਵਿੱਚ ਰੱਖਿਆ ਗਿਆ ਸੀ 48 ਵਾਰ ਗਰੰਟ ਜਾਰੀ ਹੋਣ ਦੇ ਬਾਵਜੂਦ ਉਹ ਪੇਸ਼ ਨਹੀਂ ਹੋਇਆ ਮਹਿੰਗੇ ਵਕੀਲ ਲੱਗੇ ਸਨ ਜਿਨ੍ਹਾਂ ਦਾ ਖਰਚਾ 55 ਲੱਖ ਰਾਇਆ ਉਹਨਾਂ ਨੇ ਕਿਹਾ ਕਿ ਲੋਕਾਂ ਦੇ ਟੈਕਸ ਵਿੱਚੋਂ ਖਰਚੇ ਵਾਲੀ ਫਾਈਲ ਨੂੰ ਮੋੜ ਦਿੱਤਾ ਹੈ ਜਿਨ੍ਹਾਂ ਮੰਤਰੀਆਂ ਦੇ ਹੁਕਮਾਂ ਤੇ ਇਹ ਫੈਸਲਾ ਲਿਆ ਗਿਆ ਹੈ ਉਹਨਾਂ ਤੋਂ ਖਰਚੇ ਦੀ ਵਸੂਲੀ ਕਰਨ ਤੇ ਵਿਚਾਰ ਕੀਤਾ ਜਾ ਰਿਹਾ ਹੈ। ਗੱਡੀਆਂ ਦੀ ਹਾਈ ਸਕਿਉਰਿਟੀ ਨੰਬਰ ਪਲੇਟ ਲਈ ਕਿਵੇਂ ਅਪਲਾਈ ਕਰਨਾ ਹੈ ਤੇ ਕਿੰਨੀ ਫੀਸ ਦੇਣੀ ਪਵੇਗੀ ਪੰਜਾਬ ਵਿੱਚ ਹਾਈ ਸਕਿਉਰਿਟੀ ਰਜਿਸਟ੍ਰੇਸ਼ਨ ਪਲੇਟਸ ਨੂੰ ਲੈ ਕੇ ਸਰਕਾਰ ਵੱਲੋਂ ਜਾਰੀ ਕੀਤੀ ਗਈ ਅੰਤਿਮ ਤਾਰੀਖ ਲੰਘ ਚੁੱਕੀ ਹੈ। ਹੁਣ ਜਿਸ ਵਾਹਨ ਤੇ ਵੀ ਹਾਈ ਸਕਿਉਰਿਟੀ ਨੰਬਰ ਪਲੇਟ ਨਹੀਂ ਹੋਵੇਗੀ ਉਸ ਨੂੰ ਭਾਰੀ ਜੁਰਮਾਨਾ ਕਰਨਾ ਪਵੇਗਾ। ਇਸਦੇ ਲਈ ਪਹਿਲੀ ਵਾਰ 2000 ਰੁਪਏ ਦਾ ਜੁਰਮਾਨਾ ਤੇ ਦੂਜੀ ਵਾਰ 3000 ਰੁਪਏ ਹੋਵੇਗਾ ਸਟੇਟ ਟਰਾਂਸਪੋਰਟ ਕਮਿਸ਼ਨਰ ਪੰਜਾਬ ਵੱਲੋਂ ਆਪਣੇ ਵਾਹਨ ਦੀ ਪਲੇਟ ਬਦਲਣ ਲਈ 30 ਜੂਨ 2023 ਤੱਕ ਦਾ ਸਮਾਂ ਦਿੱਤਾ ਸੀ ਜਾਰੀ ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਸੀ ਕਿ ਸਾਰੇ ਵਰਕਾਰ ਦੇ ਵਾਹਨਾ ਦੋ ਪਹੀਆ ਤਿੰਨ ਪਹੀਆ ਲਾਈਟ ਮੋਟਰ ਵਾਹਨ ਪੈਸੇਂਜਰ ਕਾਰ ਭਾਰੀ ਕਮਰਸ਼ੀਅਲ ਵਾਹਨ ਟਰੈਕਟਰ ਆਦਿ ਲਈ ਹੋਣ HSRP ਲਗਾਉਣੀ ਜ਼ਰੂਰੀ ਹੋਵੇਗੀ ਪੰਜਾਬ ਵਿੱਚ ਨਵੀਆਂ ਗੱਡੀਆਂ ਖਰੀਦਣ ਵੇਲੇ ਹਾਈ ਸਕਿਉਰਿਟੀ ਨੰਬਰ ਪਲੇਟਾਂ ਤਾਂ ਪਹਿਲਾਂ ਹੀ ਲੱਗ ਲੱਗੀ ਹੋਈ ਮੈਲਰੀ ਸੀ ਪਰ ਕਈ ਪੁਰਾਣੀਆਂ ਗੱਡੀਆਂ ਉੱਤੇ ਨਵੀਆਂ ਪਲੇਟਾਂ ਨਹੀਂ ਲੱਗੀਆਂ ਹੋਈਆਂ ਸਨ ਇਸੇ ਕਾਰਨ ਪੰਜਾਬ ਸਰਕਾਰ ਨੇ 30 ਜੂਨ ਤੱਕ ਦੀ ਤਾਰੀਖ ਦਿੱਤੀ ਸੀ ਹਾਈ ਸਕਿਉਰਿਟੀ ਰਜਿਸਟ੍ਰੇਸ਼ਨ ਪਲੇਟ ਵਨ ਵਾਲੀ ਇੱਕ ਨੰਬਰ ਪਲੇਟ ਹੈ ਜਿਸ ਨੂੰ ਸਾਲ 2001 ਵਿੱਚ ਸੜਕਾਵਾਜੀ ਅਤੇ ਰਾਜਮਾਰਗ ਮੰਤਰਾਲੇ ਦੁਆਰਾ ਜਾਰੀ ਕੀਤਾ ਗਿਆ ਸੀ ਇਹ ਪਲੇਟ 1 ਮਿਲੀਮੀਟਰ ਦੀ ਵਿਸ਼ੇਸ਼ ਗ੍ਰੇਡ ਵਾਲੀ ਐਲੂਮੀਨੀਅਮ ਦੀ ਬਣੀ ਹੁੰਦੀ ਹੈ ਤੇ ਚਿੱਟੇ ਪੀਲੇ ਰਿਫਲੈਕਟਿਵ ਸ਼ੀਟਾਂ ਨਾਲ ਲੈਮੀਨੇਟ ਕੀਤੀ ਗਈ ਹੁੰਦੀ ਹੈ ਇਸ ਵਿੱਚ ਲਿਖੇ ਅੱਖਰ ਤੇ ਨੰਬਰ ਉੱਪਰ ਹੁੰਦੇ ਹਨ ਜਿਨ੍ਹਾਂ ਉੱਤੇ ਸੁਰੱਖਿਆ ਕੋਡ ਹੁੰਦੇ ਹਨ ਇਸ ਨੰਬਰ ਪਲੇਟ ਵਿੱਚ ਖਾਸ ਹੈ ਕਿ ਇਸ ਨੂੰ ਲਗਵਾਇਆ ਜਾ ਸਕਦਾ ਹੈ ਸਟੇਟ ਟਰਾਂਸਪੋਰਟ ਕਮਿਸ਼ਨ ਪੰਜਾਬ ਦੀ ਵੈੱਬਸਾਈਟ ਤੇ ਦਿੱਤੀ ਜਾਣਕਾਰੀ ਮੁਤਾਬਕ ਇਸ ਪਲੇਟ ਨੂੰ ਸੁਰੱਖਿਆ ਦੇ ਲਿਹਾਜ਼ ਨਾਲ ਤਿਆਰ ਕੀਤਾ ਗਿਆ ਹੈ ਬਾਬਲ ਕਲਾ ਗੋਲੀकांड ਮਾਮਲੇ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ ਬਾਬਲ ਕਲਾ ਗੋਲੀकांड ਦੀ ਸੁਣਾਈ ਵਧੀਕ ਸੈਸ਼ਨ ਜੱਜ ਅਰਜੀਤ ਦੀ ਅਦਾਲਤ ਦੇ ਵਿੱਚ ਹੋਈ ਇਸ ਮਾਮਲੇ ਵਿੱਚ ਅਦਾਲਤ ਨੇ ਇਲਾਕਾ ਮੈਜਿਸਟ੍ਰੇਟ ਤੋਂ ਕੋਡਕਪੂਰਾ ਗੋਲੀकांड ਦੀ ਸਟੇਟ ਸਟੇਟਸ ਰਿਪੋਰਟ ਮੰਗੀ ਹੈ ਜਿਸ ਨੂੰ ਇਲਾਕਾ ਮੈਜਿਸਟ੍ਰੇਟ ਨੇ ਅਦਾਲਤ ਨੂੰ ਸੌਂਪ ਦਿੱਤਾ ਹੈ ਅਦਾਲਤ ਨੇ ਮਾਮਲੇ ਦੀ ਅਗਲੀ ਤਰੀਕ 29 ਜੁਲਾਈ ਤੈਅ ਕੀਤੀ ਹੈ ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸੈਣੀ ਆਈਜੀ ਪਰਮਰਾਜ ਸਿੰਘ ਉਮਰਾਨੰਗਲ ਅਤੇ ਸੁਹੇਲ ਸਿੰਘ ਬਰਾੜ ਅਦਾਲਤ ਦੇ ਵਿੱਚ ਪੇਸ਼ ਨਹੀਂ ਹੋਏ ਅਤੇ ਅਦਾਲਤ ਨੇ ਉਹਨਾਂ ਦੀ ਅੱਜ ਦੀ ਪੇਸ਼ੀ ਮਾਫ ਕਰ ਦਿੱਤੀ ਹੈ। ਸਾਬਕਾ ਡੀਜੀਪੀ ਸੁਮੇਲ ਸੈਣੀ ਨੇ ਅਦਾਲਤ ਵਿੱਚ ਅਰਜੀ ਦਾਇਰ ਕਰਕੇ ਮਾਮਲੇ ਵਿੱਚ ਨਿੱਜੀ ਪੇਸ਼ੀ ਤੋਂ ਛੋਟ ਦੀ ਮੰਗ ਕੀਤੀ ਹੈ ਹਾਲਾਂਕਿ ਜਾਂਚ ਟੀਮ ਅਤੇ ਪੰਜਾਬ ਸਰਕਾਰ ਨੇ ਸੈਣੀ ਦੀ ਮੰਗ ਨੂੰ ਠੁਕਰਾ ਦਿੱਤਾ ਹੈ। ਪਰਮਰਾਜ ਸਿੰਘ ਉਮਰਾਨੰਗਲ ਅਤੇ ਸੁਮੇਲ ਸੈਣੀ ਨੇ ਰੂਸ ਪ੍ਰਗਟ ਕੀਤਾ ਹੈ। ਸਾਬਕਾ ਡੀਜੀਪੀ ਨੂੰ ਨਿੱਜੀ ਪੇਸ਼ੀ ਤੋਂ ਸਥਾਈ ਛੋਟ ਦੇਣ ਦੇ ਫੈਸਲੀ ਤੇ ਅਦਾਲਤ 29 ਜੁਲਾਈ ਨੂੰ ਆਪਣਾ ਫੈਸਲਾ ਸੁਣਾਵੇਗੀ ਖਬਰ ਨਕੂਦਰਤਵਾਰੀ ਨਕੂਦਰ ਦੇ ਵਿੱਚ ਖੇਤਾਂ ਵਿੱਚ ਕੱਦੂ ਕੱਟ ਰਹੇ ਨੌਜਵਾਨ ਦਾ ਤੇਜ਼ ਤਰ ਹਥਿਆਰਾਂ ਨਾਲ ਕਤਲ ਨਕੂਦਰ ਦੇ ਪਿੰਡ ਲੱddeਵਾਲੀ ਵਿੱਚ ਬੀਤੀ ਰਾਤ ਇੱਕ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਜਾਣਕਾਰੀ ਨੌਜਵਾਨ ਬੀਤੀ ਰਾਤ ਆਪਣੇ ਖੇਤਾਂ ਵਿੱਚ ਝੋਨਾ ਲਾਉਣ ਲਈ ਕੱਦੂ ਕੱਟ ਰਿਹਾ ਸੀ ਦੋ ਕਾਰਾਂ ਵਿੱਚ ਕਰੀਬ 5 ਵਿਅਕਤੀ ਆਏ ਜਿਨ੍ਹਾਂ ਨੇ ਉਕਤ ਨੌਜਵਾਨ ਤੇ ਤੇਜ਼ ਤਰ ਹਥਿਆਰਾਂ ਨਾਲ ਵਾਰ ਕਰਨੇ ਸ਼ੁਰੂ ਕਰ ਦਿੱਤੇ ਜਿਸ ਕਰਕੇ ਉਹ ਜ਼ਖਮੀ ਹੋ ਗਿਆ ਮੌਕੇ ਤੇ ਉਸ ਨੂੰ ਜਲੰਧਰ ਵਿਖੇ ਹਸਪਤਾਲ ਲੈ ਜਾਂਦਾ ਗਿਆ ਇਥੇ ਉਸ ਦੀ ਮੌਤ ਉਹ ਕੀ ਮ੍ਰਿਤਕ ਦੀ ਪਛਾਣ ਨੌਜਵਾਨ ਦੀ ਕੁਲਵਿੰਦਰ ਸਿੰਘ ਉਰਫ ਕਿੰਦਾ ਪੁੱਤਰ ਦਰਸੇਮ ਸਿੰਘ ਵਾਸੀ ਪਿੰਡ ਲੱਦੇਵਾਲੀ ਥਾਣਾ ਸਦਰ ਨਕੂਦਰ ਵਜੂ ਹੋਈ ਹੈ ਬਠਿੰਡਾ ਚ ਇਮੀਗ੍ਰੇਸ਼ਨ ਕੰਪਨੀ ਤੇ ਵੱਡੀ ਕਾਰਵਾਈ ਵੀ ਟਰੈਵਲ ਏਜੰਟਾਂ ਦੇ ਲਾਇਸੈਂਸ ਰੱਦ ਬਠਿੰਡਾ ਚ ਇਮੀਗ੍ਰੇਸ਼ਨ ਕੰਪਨੀ ਤੇ ਵੱਡੀ ਕਾਰਵਾਈ ਹੋਈ ਹੈ ਤੇ 20 ਟਰੈਵਲ ਏਜੰਟਾਂ ਦੇ ਲਾਇਸੈਂਸ ਰੱਦ ਕੀਤੇ ਗਏ ਹਨ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਟਰੈਵਲ ਪ੍ਰੋਫੈਸ਼ਨਲ ਐਕਟ ਅਧੀਨ ਲਾਇਸੈਂਸ ਜਾਰੀ ਕੀਤੇ ਜਾਂਦੇ ਹਨ ਉਹਨਾਂ ਦੱਸਿਆ ਕਿ ਕੁਝ ਪ੍ਰਾਰਥੀਆਂ ਦੀਆਂ ਬੇਨਤੀਆਂ ਦੇ ਆਧਾਰ ਤੇ ਸਾਲ 2020-22 ਤੇ 23 ਦੌਰਾਨ ਕੁੱਲ 20 ਲਾਇਸੈਂਸ ਰੱਦ ਕੀਤੇ ਗਏ ਹਨ ਅਗਲੀ ਖਬਰ ਸਰਕਾਰ ਤੇ ਬਾਰੇ ਸਾਬਕਾ ਮੁੱਖ ਮੰਤਰੀ ਚਨਜੀਤ ਚੰਨੀ ਕਿਹਾ ਜੇਕਰ ਆਟਾ ਦਾਲ ਸਕੀਮ ਗਰੀਬਾਂ ਨੂੰ ਨਹੀਂ ਦੇਣੀ ਤਾਂ ਫਿਰ ਦੇਣੀ ਕਿਸ ਨੂੰ ਹੈ ਰੂਪਨਗਰ ਦੇ ਵਿਧਾਨ ਸਭਾ ਹਲਕਾ ਸ਼੍ਰੀ ਚਮਕੌਰ ਸਾਹਿਬ ਦੀ ਬਗਲਾ ਵਸਤੀ ਵਿਖੇ ਗਰੀਬਾਂ ਦੇ ਕੱਟੇ ਗੇ ਰਾਸ਼ਨ ਲਕਾੜ ਦੇ ਮਾਮਲੇ ਸੰਬੰਧੀ ਸਾਬਕਾ ਮੁੱਖ ਮੰਤਰੀ ਚਨਜੀਤ ਚੰਨੀ ਪਹੁੰਚੇ ਤੇ ਉਹਨਾਂ ਵੱਲੋਂ ਸਰਕਾਰ ਖਿਲਾਫ ਸ਼ਬਦ ਦੀ ਵਾਰ ਕੀਤੇ ਗਏ ਸਾਬਕਾ ਮੁੱਖ ਮੰਤਰੀ ਚਨਜੀਤ ਚੰਨੀ ਵਿਧਾਨ ਸਭਾ ਚਮਕੌਰ ਸਾਹਿਬ ਦੇ ਵਿੱਚ ਸਥੈਤਿਕ ਬਗਲੀ ਬਗਲਾਬਾਸਤੀ ਦੇ ਵਿੱਚ ਪਹੁੰਚੇ ਜਿੱਤੇ ਉਹਨਾਂ ਵੱਲੋਂ ਨੀਲੇ ਕਾਰਡ ਕੱਟੇ ਹੋਏ ਪਰਿਵਾਰਾਂ ਦੇ ਨਾਲ ਮੁਲਾਕਾਤ ਕੀਤੀ ਗਈ ਤੇ ਸਰਕਾਰ ਨੂੰ ਕਿਹਾ ਕਿ ਸਰਕਾਰ ਜਲਦ ਤੋਂ ਜਲਦ ਜਿੰਨੇ ਕਾਰਡ ਐਨਾ ਗਰੀਬ ਵਿਅਕਤੀਆਂ ਦੇ ਕੱਟੇ ਹਨ ਉਹਨਾਂ ਨੂੰ ਬਹਾਲ ਕੀਤਾ ਜਾਵੇ। ਪਰਾਲੀ ਦੇ ਪ੍ਰਬੰਧਨ ਨੂੰ ਲੈ ਕੇ ਕੇਂਦਰ ਵੱਲੋਂ ਭੇਜੇ 165 ਕਰੋੜ ਪੰਜਾਬ ਸਰਕਾਰ ਨੇ ਖਰਚੇ 130 ਕਰੋੜ 35 ਕਰੋੜ ਵਾਪਸ। ਭਗਵਾਨਦਵਾ ਸਰਕਾਰ ਵੱਲੋਂ ਕੇਂਦਰ ਸਰਕਾਰ ਤੇ ਪੰਜਾਬ ਦੇ ਫੰਡਾਂ ਨੂੰ ਲੈ ਕੇ ਨਿਸ਼ਾਨਾ ਸਾਧਿਆ ਜਾਂਦਾ ਰਹੇ ਹੈ ਪੰਜਾਬ ਨਾਲ ਵਿਤਕ੍ਰਿਬਾਜੀ ਕਰਨ ਦੇ ਕੇਂਦਰ ਉੱਤੇ ਇਲਜ਼ਾਮ ਲਗਾਏ ਜਾਂਦੇ ਹਨ ਦੂਜੇ ਪਾਸੇ ਕੇਂਦਰ ਸਰਕਾਰ ਵੱਲੋਂ ਭੇਜੇ ਸੀਆਰਐਮ ਫੰਡ ਦੀ ਪੂਰਨ ਤਰੀਕੇ ਉੱਤੇ ਵਰਤੋਂ ਵੀ ਨਹੀਂ ਕੀਤੀ ਗਈ ਜਿਸ ਨੂੰ ਲੈ ਕੇ ਆਪ ਸਰਕਾਰ ਸਵਾਲਾਂ ਦੇ ਘੇਰੇ ਦੇ ਵਿੱਚ ਆਈ ਹੈ 165 ਕਰੋੜ ਰੁਪਏ ਜਾਰੀ ਕੀਤੇ ਗਏ ਸਨ ਕੇਂਦਰ ਸਰਕਾਰ ਦੇ ਵੱਲੋਂ ਪੰਜਾਬ ਸਰਕਾਰ ਨੇ 130 ਕਰੋੜ ਰੁਪਏ ਖਰਚੇ 35 ਕਰੋੜ ਰੁਪਏ ਵਾਪਸ ਭੇਜੇ ਹਨ ਜਿਸ ਤੋਂ ਬਾਅਦ ਮਾਨ ਸਰਕਾਰ ਸਵਾਲਾਂ ਦੇ ਘੇਰੇ ਦੇ ਵਿੱਚ ਆਉਂਦੀ ਨਜ਼ਰ ਆ ਰਹੀ ਹੈ। ਖਬਰ ਡੇਰਾਬਸੀ ਤੋਂ ਆ ਰਹੀ ਹੈ ਮਾਮੇ ਨੇ ਕੀਤੇ 7 ਸਾਲਾਂ ਭਾਂਜੇ ਨੂੰ ਗਵਾਹ ਪੁਲਿਸ ਨੇ 3 ਘੰਟਿਆਂ ਚ ਕਾਬੂ ਕੀਤਾ। ਪੰਜਾਬ ਦੇ ਮਹਾਲੀ ਜ਼ਿਲ੍ਹੇ ਦੇ ਡੇਰਾਬਸੀ ਚ ਇੱਕ ਨੌਜਵਾਨ ਨੇ 7 ਸਾਲਾਂ ਬੱਚੇ ਨੂੰ ਗਵਾਹ ਕਰ ਲਿਆ ਪਰ ਪੁਲਿਸ ਨੇ ਮਸਤੀ ਦਿਖਾਉਂਦੇ ਹੋਏ 3 ਘੰਟਿਆਂ ਚ ਗਵਾਹ ਕਰਨ ਨੂੰ ਕਾਬੂ ਕਰ ਲਿਆ। ਮਾਮਲਾ ਡੇਰਾਬਸੀ ਦੇ ਪਿੰਡ ਹੈਬਤਪੁਰ ਦਾ ਹੈ। ਪੁਲਿਸ ਨੇ ਗਵਾਹਕਰ ਅਤੇ ਬੱਚੇ ਦੋਵਾਂ ਨੂੰ ਟ੍ਰੇਸ ਕਰਕੇ ਅਗਵਾਕਾਰ ਨੂੰ ਕਾਬੂ ਕਰਕੇ ਬੱਚੇ ਨੂੰ ਮਾਪਿਆਂ ਹਵਾਲੇ ਕਰ ਦਿੱਤਾ ਹੈ ਪੁਲਿਸ ਨੇ ਮਲਜ਼ਮਾ ਵਿਰੁੱਧ ਕੇਸ ਦਰਜ ਕਰਕੇ ਅਗਲੀ ਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਮਲਜ਼ਮ ਬੱਚੇ ਦੀ ਮਾਂ ਦੇ ਮਾਮੇ ਦਾ ਲੜਕਾ ਹੈ ਡੇਰਾਬਸੀ ਦੇ ਐਸਐਸਪੀ ਡਾਕਟਰ ਦਰਪਨ ਆਲੂਵਾਲੀ ਨੇ ਦੱਸਿਆ ਕਿ ਪੁਲਿਸ ਨੂੰ 우ਮਾ ਦੇਵੀ ਪਤਨੀ ਪੁੰਦੇਵ ਮਹਤੋ ਵਾਸੀ ਪਿੰਡ ਹੈਬਤਪੁਰ ਨੇ ਸੂਚਨਾ ਦਿੱਤੀ ਕਿ ਉਸ ਦਾ ਛੋਟਾ ਲੜਕਾ ਪ੍ਰਕਾਸ਼ ਕੁਮਾਰ ਉਮਰ ਕਰੀਬ 7 ਸਾਲ ਹੋਰ ਬੱਚਿਆਂ ਨਾਲ ਕਮਰੇ ਵਿੱਚ ਸੀ ਅਚਾਨਕ ਉਸਦੇ ਮਾਮੇ ਦਾ ਲੜਕਾ ਭੂਦਨ ਕੁਮਾਰ ਅਗਲੇ ਕਮਰੇ ਦੇ ਵਿੱਚ ਆ ਗਿਆ ਤੇ ਉਸ ਨਾਲ ਮਾਰਕੁੱਟ ਕਰਨ ਲੱਗਾ ਉਸਨੇ ਸਿਗਰਟ ਜਗਾਈ ਅਤੇ ਆਪਣੇ ਲੜਕੇ ਪ੍ਰਕਾਸ਼ ਕੁਮਾਰ ਦੇ ਸੱਜੇ ਹੱਥ ਤੇ ਰੱਖ ਦਿੱਤੀ ਔਰਤ ਅਨਸਾਰ ਉਸਨੇ ਭੂਦਨ ਕੁਮਾਰ ਨੂੰ ਅਜੀਹਾ ਕਰਨ ਤੇ ਛਿੜਕਿਆ ਤਾਂ ਉਹ ਗੁੱਸੇ ਦੇ ਵਿੱਚ ਆ ਗਿਆ ਉਸਨੇ ਲੜਕੇ ਪ੍ਰਕਾਸ਼ ਕੁਮਾਰ ਨੂੰ ਚੁੱਕ ਲਿਆ ਤੇ ਇਹ ਕਹਿ ਕੇ ਭੱਜ ਗਿਆ ਕਿ ਹੁਣ ਮੈਂ ਤੁਹਾਡੇ ਲੜਕੇ ਪ੍ਰਕਾਸ਼ ਨੂੰ ਆਪਣੇ ਨਾਲ ਲੈ ਕੇ ਜਾ ਰਿਹਾ ਹਾਂ ਉਹਨਾਂ ਨੇ ਤਰ੍ਹਾਂ ਤੇ ਇਸ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਪੁਲਿਸ ਨੇ ਸਪੈਸ਼ਲ ਟੀਮ ਦਾ ਗਠਨ ਕੀਤਾ ਨਾਕਾਬੰਦੀ ਕੀਤੀ ਜਿਸ ਤੋਂ ਵਿਆਪ ਦਾ ਜਿਹੜਾ ਉਕਤ ਵਿਅਕਤੀ ਨੂੰ 7 ਸਾਲਾ ਬੱਚੇ ਨਾਲ ਪੈਦਲ ਲੈ ਕੇ ਜਾ ਰਿਹਾ ਸੀ ਉਸ ਨੂੰ ਜਿਹੜਾ ਗ੍ਰਿਫਤਾਰ ਕਰ ਲਿਆ ਗਿਆ ਪੰਜਾਬ ਦੇ ਵਿੱਚ ਆ ਸਕਦਾ ਹੈ ਬਿਜਲੀ ਸੰਕਟ ਪੰਜਾਬ ਵਿੱਚ ਆਉਣ ਵਾਲੇ ਦਿਨਾਂ ਵਿੱਚ ਜੇਕਰ ਬਿਜਲੀ ਦੀ ਮੰਗ ਹੋਰ ਵਧਦੀ ਗਈ ਤਾਂ ਪੰਜਾਬ ਦੇ ਵਿੱਚ ਗਹਿਰਾ ਬਿਜਲੀ ਸੰਕਟ ਆ ਸਕਦਾ ਹੈ ਜਦੋਂ ਕਿ ਪੰਜਾਬ ਦੀ ਅੱਜ ਦੀ ਬਿਜਲੀ ਦੀ ਮੰਗ 14500 ਮੀਗਾਵਾਟ ਹੈ ਅਗਲੀ ਖਬਰ ਫਿਰੋਜ਼ਪੁਰ ਤੋਂ ਫਿਰੋਜ਼ਪੁਰ ਦੇ ਵਿੱਚ ਬੀਐਸਐਫ ਜਵਾਨਾਂ ਨੇ ਦਰਿਆ ਚੋਂ ਹਿਰੋਇਨ ਦੀਆਂ ਭਰੀਆਂ ਦੋ ਬੋਤਲਾਂ ਫੜੀਆਂ ਹਨ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਕਰੋੜਾਂ ਰੁਪਏ ਦੇ ਨਸ਼ੀਲੇ ਪਦਾਰਥ ਬਰਾਮਦ ਹੋਏ ਹਨ ਬੀਐਸਐਫ ਦੀ 136 ਬਟਾਲੀ ਨੇ ਗਸ਼ਤ ਦੌਰਾਨ ਸਤਲੁਜ ਦਰਿਆ ਤੋਂ ਦੋ ਬੋਤਲਾਂ ਬਰਾਮਦ ਕੀਤੀਆਂ ਜਿਨ੍ਹਾਂ ਵਿੱਚ ਡੇਢ ਕਿਲੋ ਹਿਰੋਇਨ ਬਰਾਮਦ ਹੋਈ ਹੈ ਜਵਾਨਾਂ ਨੇ ਦੋਵਾਂ ਬੂਤਲਾਂ ਨੂੰ ਕਬਜ਼ੇ ਦੇ ਵਿੱਚ ਲੈ ਲਿਆ ਤੇ ਅਧਿਕਾਰੀਆਂ ਤੇ ਪੁਲਿਸ ਨੂੰ ਸੂਚਨਾ ਦਿੱਤੀ ਹੈ ਸੋ ਇਹ ਸਨ ਅੱਜ ਦੀਆਂ ਮੁੱਖ ਖਬਰਾਂ ਉਮੀਦ ਹੈ ਕਿ ਤੁਸੀਂ ਵੀਡੀਓ ਨੂੰ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਹੋਵੇਗਾ ਮਿਲਦੇ ਹਾਂ ਖਬਰਾਂ ਦੇ ਅਗਲੇ ਤਾਜ਼ਾ ਬੁਲੇਟਿਨ ਦੇ ਨਾਲ ਤਦ ਤੱਕ ਦੇ ਲਈ ਮਿਹਰਬਾਨੀ ਧੰਨਵਾਦ ਜੀ